ਕਮਲੀ ਨਾ ਤੁਸੀਂ ਕਹਿੰਦੇ ਹੋ ਨਾ ਮੈਂ ਡੰਗਰ ਨੂੰ ਵੱਡਾ ਕਿੰਨਾ ਪਾਣਾ ਹੈ। ਡੰਗਰ ਨੂੰ ਇੱਕ ਮੈਂ ਨਾਰਮਲ ਜਿਹਾ ਫਾਰਮੂਲਾ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਦੱਸ ਦਿੰਦਾ। ਅਸੀਂ ਕਹਿੰਦੇ ਹਾਂ ਕਿ ਦੇਖੋ ਇੱਕ ਜਾਨਵਰ ਸੋਇਆ ਹੈ ਨਾ, ਉਹਦਾ ਦੁੱਧ ਦੇ 5 ਕਿਲੋ, ਅਤੇ ਉਹਦਾ ਵੱਡਾ ਕਿੰਨਾ ਬਣਦਾ ਗਾਂ ਦਾ? 2.5 ਕਿਲੋ, 2.5 ਕਿਲੋ, ਢਾਈ ਕਿਲੋ ਜਾਂ 3 ਕਿਲੋ। ਹੁਣ ਤੁਸੀਂ 2.5 ਕਿਲੋ ਜਾਂ 3 ਕਿਲੋ ਉਹਨੂੰ ਵੱਡਾ ਪਾਇਆ ਅਤੇ ਉਹਦਾ ਦੁੱਧ ਸੀ 5 ਕਿਲੋ, ਉਹਦਾ ਦੁੱਧ ਚਲਾ ਗਿਆ 6 ਕਿਲੋ 'ਤੇ। ਤੁਸੀਂ ਵੱਡਾ 1/2 ਕਿਲੋ ਹੋਰ ਵਧਾ ਦੇਣਾ, ਉਹਦਾ ਦੁੱਧ ਚਲਾ ਗਿਆ 7 ਕਿਲੋ 'ਤੇ। ਤੁਸੀਂ ਹੋਰ ਵਧਾ ਦਿੱਤਾ, ਉਹਦਾ ਚਲਾ ਗਿਆ 10 ਕਿਲੋ 'ਤੇ। ਯਾਨੀ ਕਿ ਇੱਕ ਸਟੇਜ ਐਸੀ ਆਏਗੀ ਜਦੋਂ ਜਾਨਵਰ ਦਾ ਤੁਸੀਂ ਵੱਡਾ ਵਧਾਓਗੇ ਤੇ ਦੁੱਧ ਨਹੀਂ ਵਧੇਗਾ, ਉਹਦੀ ਐਂਡ ਸਟੇਜ ਹੈ। ਮੇਰੀ ਗੱਲ ਦੀ ਸਮਝ ਲੱਗੀ? ਹਾਂਜੀ ਬਿਲਕੁਲ। ਯਾਨੀ ਕਿ ਤੁਸੀਂ ਵੰਡਾ ਪਾਈ ਜਾਣ ਡਏ ਹੋ ਤਾਂ ਹੁਣ ਦੁੱਧ ਨਹੀਂ ਵਧਣ ਡਿਆ, 15 ਕਿਲੋ 'ਤੇ ਆ ਕੇ ਰੁਕ ਗਿਆ, ਅਤੇ ਵੰਡਾ ਕਿੰਨਾ? 7.5-8 ਕਿਲੋ, 7.5-8 ਕਿਲੋ। ਉਹਦੇ ਤੋਂ ਉੱਤੇ ਤੁਸੀਂ ਨਹੀਂ ਜਾਣਾ, ਉਹ ਜਾਨਵਰ ਦੀ ਐਂਡ ਲਿਮਿਟ ਹੁੰਦੀ ਹੈ, ਇੰਨਾ ਵੰਡਾ ਤੁਸੀਂ ਪਾਉਣਾ ਜਾਨਵਰ। ਹੁਣ ਤੁਸੀਂ ਕਹਿਣ ਡਿਓ ਵੀ ਇਹਨੂੰ ਕਿੰਨਾ ਵੰਡਾ ਪਾਉਣਾ, ਇਹਦਾ ਜਾਨਵਰ ਦੁੱਧ 10 ਕਿਲੋ, ਤੁਸੀਂ 5 ਕਿਲੋ ਜਾਂ 6 ਕਿਲੋ ਪਾਉਂਦੇ ਹੋ, ਜਾਨਵਰ ਚਲਾ ਜਾਂਦਾ 11-12 ਕਿਲੋ 'ਤੇ। ਹੁਣ 11-12 'ਤੇ ਜਦੋਂ ਜਾਏਗਾ ਤੁਸੀਂ ਇਹਦਾ ਵਧਾਉਂਦੇ ਜਾਣਾ ਵੰਡਾ, ਉਸ ਹੱਦ ਤੱਕ ਵਧਾਉਣਾ ਜਦੋਂ ਦੁੱਧ ਖਲੋ ਨਹੀਂ ਜਾਂ, ਜਦੋਂ ਦੁੱਧ ਰੁਕ ਗਿਆ ਫਿਰ ਤੁਸੀਂ ਐਂਡ ਕਰ ਦੇਣਾ। ਅਤੇ ਅਗਲੀ ਚੀਜ਼ ਦਾ ਵੀ ਖਿਆਲ ਰੱਖਣਾ, ਜਦੋਂ ਦੁੱਧ ਵਧਣਾ ਹੈ ਨਾ ਤਾਂ ਫਿਰ ਸਾੜੂ ਵੀ ਇਹ ਜ਼ਿਹਨ 'ਚ ਰੱਖਣਾ ਵੀ ਸਾੜੂ ਦੇ ਚਾਂਸਿਸ ਵੀ ਵਧਣਗੇ, ਕਿਉਂਕਿ ਹਵਾਨਾ ਹੈ ਨਾ, ਹਵਾਨੇ 'ਚ ਗੁੰਜਾਇਸ਼ ਹੀ ਨਹੀਂ ਇੰਨੀ 15 ਕਿਲੋ ਦੀ, ਉਹ ਯਕਦਮ ਨਹੀਂ ਬਣਦੀ। ਇਹਨੂੰ ਨਿਚੋੜ ਕੇ ਚੋਣਾ, ਚੋਣਾ ਨਿਚੋੜ, ਇਹਦੇ 'ਚ ਸ਼ੈ ਨਹੀਂ ਕੋਈ ਛੱਡਣੀ, ਬਿਲਕੁਲ ਖੁਰਾਕ ਠੀਕ ਪਾਣੀ ਹੈ, ਦੁੱਧ ਤੋਂ ਨਿਕਲਣਾ, ਬਸ ਇਹ ਫਾਰਮੂਲਾ। ਕਰ ਜਾਂਦੀਆਂ ਨੇ ਗਾਂ ਸਾਡੀ ਵੀ ਇਸ ਤਰ੍ਹਾਂ ਹੀ ਕਰ ਜਾਂਦੀ ਹੈ, ਜਿਹਦੇ ਜਾਂਦੀਆਂ 17-18 ਸਿਰ ਤੇ, ਉਦੋਂ ਗਾਈ ਕਈ ਵਾਰੀ ਹਫ਼ਤੇ 'ਚ। ਉਹਦੀ ਵਜ੍ਹਾ ਪਤਾ ਕੀ ਹੁੰਦੀ ਆ? ਉਹ ਤੁਸੀਂ ਚੋਂਦੇ ਨਹੀਂ, ਉਨੀ ਗੁੰਜਾਇਸ਼ ਨਹੀਂ ਹੁੰਦੀ ਹਵਾਨੇ 'ਚ, ਉੱਥੇ ਫਿਰ ਰੁਕ ਜਾਇਆ ਕਰੋ, ਉਹਦੇ ਤੋਂ ਅੱਗੇ ਜਾਨਵਰ ਦਾ ਜ਼ੋਰ ਨਾ ਲਵਾਇਆ ਕਰੋ। ਮਤਲਬ ਵੀ ਇੱਥੇ ਡਾਕਟਰ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਅਗਰ ਤੇਰੀ ਗਾਂ 15 ਸਿਰਾਂ 'ਤੇ ਰੁਕ ਗਈ ਆ, ਮੁੰਡਾ ਤੁਹਾਨੂੰ ਪਾਉਣਾ ਪਰ 7 ਕਿਲੋ ਨਹੀਂ ਵਧੀ, ਉੱਥੇ ਰੋਕ ਦਿਓ ਬਸ। ਹਾਂ ਉੱਥੇ ਉਨਾ ਹੀ ਪਾਈ ਜਾਓ ਅਤੇ ਜਾਨਵਰ